ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਥਾਈ ਇਹ ਦਰਸਾਇਆ ਹੈ ਕਿ ਰਬ ਨਾਲ ਪ੍ਰੇਮ ਕਿਸ ਤਰ੍ਹਾਂ ਲੱਗਦਾ ਹੈ ਤੇ ਸਿਮਰਨ ਕੀ ਹੈ ਤੇ ਧਿਆਨ ਕੀ ਹੈ ਔ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 20 ਜਨਵਰੀ 1913 ਪਿਆਰੇ ਜੀ ਇਸ ਜੀਵ ਦੇ ਕੰਮ ਇੱਕੋ ਗੱਲ ਆਉਂਦੀ ਹੈ ਔਰ ਉਹ ਅਕਾਲ ਪੁਰਖ ਦੇ ਚਰਨਾਂ ਦਾ ਪ੍ਰੇਮ ਹੈ ਪ੍ਰੇਮ ਸਿਮਰਨ ਤੇ ਉਸ ਦੇ ਧਿਆਨ ਨਾਲ ਲੱਗਦਾ ਹੈ ਹਾਂਜੀ ਇਸ ਜੀਵ ਦੇ ਕੰਮ ਇੱਕੋ ਗੱਲ ਆਉਂਦੀ ਹੈ ਔਰ ਉਹ ਅਕਾਲ ਪੁਰਖ ਦੇ ਚਰਨਾਂ ਦਾ ਪ੍ਰੇਮ ਹੈ ਪ੍ਰੇਮ ਸਿਮਰਨ ਤੇ ਉਸ ਦੇ ਧਿਆਨ ਨਾਲ ਲੱਗਦਾ ਹੈ ਮਾਲਕ ਨੂੰ ਚੇਤੇ ਕਰਦੇ ਰਹੀਏ ਇਹ ਸਿਮਰਨ ਹੈ ਚਾਹੇ ਨਾਮ ਜਪ ਕੇ ਕਰੀਏ ਚਾਹੇ ਬਾਣੀ ਪੜ੍ਹ ਕੇ ਕਰੀਏ ਤੇ ਚਾਹੇ ਕੀਰਤਨ ਕਰਕੇ ਹੀ ਸੁਣ ਕੇ ਹਾਂਜੀ ਸਿਮਰਨ ਕੀ ਹੈ ਮਾਲਕ ਨੂੰ ਚੇਤੇ ਕਰਦੇ ਰਹੀਏ ਇਹ ਸਿਮਰਨ ਹੈ ਚਾਹੇ ਨਾਮ ਜਪ ਕੇ ਕਰੀਏ ਚਾਹੇ ਬਾਣੀ ਪੜ ਕੇ ਕਰੀਏ ਤੇ ਚਾਹੇ ਕੀਰਤਨ ਕਰਕੇ ਜਾਂ ਸੁਣ ਕੇ ਧਿਆਨ ਇਸ ਦਾ ਨਾਮ ਹੈ ਕਿ ਮਨ ਆਪਣੇ ਸੰਕਲਪਾਂ ਵਿਕਲਪਾਂ ਮਨੋਰਾਜਾਂ ਤੇ ਅਣਹੋਣੀਆਂ ਉਹ ਦੇੜਬੁਣਾ ਵਿੱਚ ਖਚਿਤ ਨਾ ਹੋਵੇ ਪਰ ਖਿਆਲ ਮੋੜ ਮੋੜ ਕੇ ਪਰਮੇਸ਼ਰ ਜੀ ਦੇ ਵੱਲ ਰੱਖੇ ਜਦਪਕ ਦਾ ਪਗ ਦਾ ਸਾਵਧਾਨਤਾ ਨਾਲ ਪਿਆਰ ਨਿਰੰਤਰ ਉਸ ਪਾਸੇ ਵੱਲ ਰਹਿਣ ਲੱਗ ਜਾਂਦਾ ਹੈ ਤਾਂ ਉਸ ਨੂੰ ਧਿਆਨ ਕਹੀਦਾ ਹੈ ਹਾਂਜੀ ਫਿਰ ਦੁਹਰਾ ਦਈਏ ਧਿਆਨ ਇਸ ਦਾ ਨਾਮ ਹੈ ਕਿ ਮਨ ਆਪਣੇ ਸੰਕਲਪਾਂ ਵਿਕਲਪਾਂ ਮਨੋਰਾਜਾਂ ਤੇ ਅਨਹੋਣੀਆਂ ਉਦੇੜ ਗੁਣਾ ਵਿੱਚ ਖਚਤ ਨਾ ਹੋਵੇ ਪਰ ਖਿਆਲ ਮੋੜ ਮੋੜ ਕੇ ਪਰਮੇਸ਼ਰ ਜੀ ਦੇ ਵੱਲ ਰੱਖੇ ਜਦ ਪਕ ਦਾ ਪਕ ਦਾ ਸਾਵਧਾਨਤਾ ਨਾਲ ਪਿਆਰ ਨਿਰੰਤਰ ਉਸ ਪਾਸੇ ਵੱਲ ਰਹਿਣ ਲੱਗ ਜਾਂਦਾ ਹੈ ਤਾਂ ਉਸ ਨੂੰ ਧਿਆਨ ਕਹੀਦਾ ਹੈ ਇਸ ਦੇ ਪਕਾਉਣ ਲਈ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵੱਲ ਲਿਵ ਲਾਇਆ ਸ਼ੀਗਰ ਕਮ ਸਵਰਦਾ ਬਾਕੀ ਕੰਮ ਫਿਰ ਸੁਰਤ ਨੂੰ ਅਲਿੱਤ ਰੱਖਣਾ ਹੈ ਦੇ ਤਾਂ ਗ੍ਰਸਥ ਆਸ਼ਰਮ ਵਿੱਚ ਵਸੇ ਤੇ ਪਵਿੱਤਰ ਰਹਿ ਕੇ ਫਰਜ਼ ਨਿਭਾਏ ਪਰ ਸੁਰਤ ਅਲਿੱਤ ਰਹੇ ਸੱਚ ਨਾਮ ਮੇਰਾ ਮਨ ਲਾਗਾ ਲੋਗਾਂ ਸਿਓ ਮੇਰਾ ਠਾਠਾ ਬਾਗਾ ਇਹ ਕਾਰ ਹੈ ਜਿੰਨੀ ਕਰੀ ਚੱਲੀਏ ਉਨਾ ਸੁਖ ਹੈ ਇਸ ਦੇ ਕਰਨ ਹਾਰੇ ਗੁਰੂ ਜੀ ਦੇ ਸਤਸੰਗੀ ਹਨ ਅਰ ਬਖਸ਼ੇ ਜਾਂਦੇ ਹਨ ਬਸ ਇਹੀ ਕੁਝ ਕਰੀ ਚੱਲੋ ਸਤਗੁਰੂ ਸਿਰ ਤੇ ਹੈ ਆਪਣਿਆਂ ਨੂੰ ਛੋੜਦਾ ਨਹੀਂ ਆਪਣੇ ਭਾਵੇਂ ਭੱਜੀ ਫਿਰਨ ਤੇ ਖੇਡਾਂ ਵਿੱਚ ਰੋੜਨ ਪਰ ਸਿਰ ਉੱਪਰ ਠੰਡਾ ਗੁਰਸੂਰਾ ਪਿੱਛਾ ਨਹੀਂ ਛੋੜਦਾ ਨਾਮ ਰੰਗ ਵਿੱਚ ਡੋਬਾ ਦੇ ਕੇ ਹੀ ਛੋੜਦਾ ਹੈ ਸੋ ਅਮਰ ਸੱਚੇ ਮਾਨ ਤਾਰਿਆ ਕਰੋ ਕਿ ਸਾਡੇ ਸਿਰ ਤੇ ਕਲਗੀਆਂ ਵਾਲਾ ਬਾਪੂ ਖੜਾ ਹੈ ਔਰ ਪਿਆਰ ਕਰਦਾ ਹੈ ਤੇ ਨਾਮ ਜਪਾਉਂਦਾ ਹੈ ਸਾਨੂੰ ਕੀ ਡਰ ਹੈ ਹਾਂਜੀ ਫਿਰ ਦੁਹਰਾ ਦੇਈਏ ਸੋ ਅੰਮ੍ਰਿਤ ਛੱਕੇ ਮਾਣ ਤਾਰਿਆ ਕਰੋ ਕਿ ਸਾਡੇ ਸਿਰ ਤੇ ਕਲਗੀਆਂ ਵਾਲਾ ਬਾਪੂ ਖੜਾ ਹੈ ਅਰ ਪਿਆਰ ਕਰਦਾ ਹੈ ਤੇ ਨਾਮ ਜਪਾਉਂਦਾ ਹੈ ਸਾਨੂੰ ਕੀ ਡਰ ਹੈ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ